ਸਬਸਕ੍ਰਾਈਬ ਕਰੋ ਲਿਵਿੰਗ ਪੰਜਾਬ ਨਿਊਜ਼ ਚੈਨਲ ਨੂੰ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰੋ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ। ਵਿਧਾਨ ਸਭਾ ਹਲਕਾ ਦੀਨਾਨਗਰ ਦੇ ਪੈਂਦੇ ਪਿੰਡ ਚੰਦਰਭਾਨ ਦੇ ਸਰਪੰਚ ਸੁਖਵਿੰਦਰ ਸਿੰਘ ਦੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਨਾਲ ਚੱਲ ਰਹੀ ਨਾਰਾਜ਼ਗੀ ਹੋਈ ਦੂਰ। ਅੱਜ ਦੀਨਾਨਗਰ 'ਚ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੇ ਘਰ ਪਹੁੰਚੇ ਸਰਪੰਚ ਸੁਖਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਕਾਂਗਰਸ ਪਾਰਟੀ ਦਾ ਸੱਚਾ ਸਿਪਾਹੀ ਹਾਂ ਤੇ ਸੁਨੀਲ ਜਾਖੜ ਨੂੰ ਵੱਡੀ ਲੀਡ ਨਾਲ ਜਿਤਾਉਣ ਲਈ ਰਾਤ ਦਿਨ ਮਿਹਨਤ ਕੀਤੀ ਜਾਵੇਗੀ। ਉਧਰ ਇਸ ਮੌਕੇ ਤੇ ਉਹਨਾਂ ਨਾਲ ਪਹੁੰਚੇ ਜ਼ਿਲ੍ਹਾ ਪਰਿਸ਼ਦ ਮੈਂਬਰ ਹੀਰਾ ਲਾਲ ਨੇ ਕਿਹਾ ਕਿ ਚੋਣਾਂ ਕਰਕੇ ਮੈਡਮ ਅਰੁਣਾ ਚੌਧਰੀ ਦਾ ਪਿੰਡਾਂ 'ਚ ਦੌਰਾ ਚੱਲ ਰਿਹਾ ਸੀ, ਜਿਸ ਕਰਕੇ ਪਿੰਡ ਚੰਦਰਭਾਨ ਦੇ ਸਰਪੰਚ ਸੁਖਵਿੰਦਰ ਸਿੰਘ ਨੂੰ ਮੈਡਮ ਅਰੁਣਾ ਚੌਧਰੀ ਦੀ ਮੀਟਿੰਗ 'ਚ ਕਿਸੇ ਵਜ੍ਹਾ ਕਰਕੇ ਨਹੀਂ ਬੁਲਾਇਆ ਜਾ ਸਕਿਆ, ਜਿਸ ਕਰਕੇ ਉਹ ਥੋੜਾ ਨਾਰਾਜ਼ ਚੱਲ ਰਹੇ ਸਨ। ਅੱਜ ਉਹਨਾਂ ਦੀ ਮੈਡਮ ਅਰੁਣਾ ਚੌਧਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਾਬੂ ਅਸ਼ੋਕ ਚੌਧਰੀ ਨਾਲ ਬੈਠ ਕੇ ਸਾਰੀ ਗੱਲਬਾਤ ਹੋ ਗਈ ਹੈ ਅਤੇ ਸਾਰੇ ਗਿਲੇ ਸ਼ਿਕਵੇ ਦੂਰ ਹੋ ਗਏ ਹਨ। ਇਸ ਕਰਕੇ ਸਰਪੰਚ ਸੁਖਵਿੰਦਰ ਸਿੰਘ ਚੰਦਰਭਾਨ ਕਾਂਗਰਸ ਪਾਰਟੀ ਨਾਲ ਹਨ ਅਤੇ ਸੁਨੀਲ ਜਾਖੜ ਨੂੰ ਜਿਤਾਉਣ ਲਈ ਪੂਰੀ ਮਿਹਨਤ ਕਰਨਗੇ। ਮੈਡਮ ਅਰੁਣਾ ਚੌਧਰੀ, ਮੈਡਮ ਅਰੁਣਾ ਚੌਧਰੀ। ਸੁਖਵਿੰਦਰ ਸਿੰਘ ਸਰਪੰਚ ਪਿੰਡ ਚੰਦਰਭਾਨ, ਜੋ ਕਿ ਅੱਜ ਤੋਂ ਕੁਛ ਦਿਨ ਪਹਿਲਾਂ ਮੈਂ ਕਿਤੇ ਗਿਆ ਸੀਗਾ ਅਤੇ ਬਹੂ ਜੀ ਹੋਰੀ ਸਾਡੇ ਪਿੰਡ 'ਚ ਆਏ ਅਸ਼ੋਕ ਚੌਧਰੀ ਅਤੇ ਮੈਡਮ ਅਰੁਣਾ ਚੌਧਰੀ ਜੀ, ਕੈਬਨਿਟ ਮੰਤਰੀ ਮੈਡਮ ਅਰੁਣਾ ਚੌਧਰੀ ਜੀ ਜੋ ਸਾਡੇ ਪਿੰਡ ਵਿੱਚ ਆਏ ਸਨ। ਤੋ ਉਹਦੀ ਮਿਸ ਅੰਡਰਸਟੈਂਡਿੰਗ ਕਰਕੇ ਮੈਂ ਜੋ ਇੱਕ ਵੀਡੀਓ ਵਾਇਰਲ ਕੀਤੀ ਸੀ, ਉਹ ਬਾਊ ਜੀ ਨਾਲ ਬੈਠ ਕੇ ਸਾਡੀ ਕੰਪਰੋਮਾਈਜ਼ ਹੋ ਗਿਆ, ਉਧਰੋਂ ਉਧਰੀ ਗੱਲਬਾਤ ਹੋ ਗਈ ਅਤੇ ਵਿੱਚ ਗੱਲ ਕੋਈ ਨਹੀਂ ਇਹੋ ਜਿਹੀ ਹੈਗੀ। ਜਦੋਂ ਬਾਊ ਜੀ ਨਾਲ ਅਸੀਂ ਸਾਹਮਣੇ ਸਾਹਮਣੇ ਬੈਠੇ ਹਾਂ ਤਾਂ ਕੋਈ ਗੱਲ ਹੀ ਨਹੀਂ ਇਹੋ ਜਿਹੀ ਸਾਨੂੰ ਲੱਭੀ, ਅਤੇ ਮੈਂ ਬਾਊ ਜੀ ਦਾ ਸਿਪਾਹੀ ਹਾਂ, ਮੈਂ ਵਰਕਰ ਹਾਂ ਇਹਨਾਂ ਦਾ, ਅਤੇ ਤਗੜੇ ਹੋ ਕੇ ਅਸੀਂ ਜਿਸ ਤਰ੍ਹਾਂ ਪਹਿਲਾਂ ਤਨ ਮਨ ਧਨ ਨਾਲ ਹੋ ਕੇ ਅਤੇ ਵੋਟਾਂ ਪਾਉਂਦੇ ਹਾਂ ਅਤੇ ਪਵਾਉਂਦੇ ਵੀ ਹਾਂ, ਇਸੇ ਤਰ੍ਹਾਂ ਹੁਣ ਵੀ ਤਨ ਮਨ ਧਨ ਦੇ ਨਾਲ ਵੋਟਾਂ ਪਵਾਵਾਂਗੇ ਵੀ ਅਤੇ ਪਵਾਂਗੇ ਵੀ, ਅਤੇ ਘੱਟ ਤੋਂ ਘੱਟ 80% ਦੇ ਨਾਲ ਅਸੀਂ ਪਿੰਡ ਦੇ ਵਿੱਚ ਜਿਹੜੀ ਵੋਟਰ ਜਿਹੜੇ 80% ਲੀਡਰ ਦੇ ਦਵਾਵਾਂਗੇ ਨਾਲ। ਬਿਲਕੁਲ ਸ਼ਾਂਤ ਹਾਂ ਜੀ, ਕੋਈ ਗੱਲ ਨਹੀਂ ਇਹੋ ਜੀ। ਜਦੋਂ ਸਾਡੇ ਸਾਹਮਣੇ ਸਾਹਮਣੇ ਬਹਿ ਕੇ ਗੱਲਬਾਤ ਹੋ ਗਈ ਹੈ, ਜਿਹੜੀ ਮਿਸ ਅੰਡਰਸਟੈਂਡਿੰਗ ਸੀ ਉਹ ਸਾਡੀ ਜਿਹੜੀ ਉਹ ਕੋਈ ਗੱਲ ਨਹੀਂ ਹੈਗੀ ਹੁਣ ਵਿੱਚ, ਕੋਈ ਗੱਲ ਨਹੀਂ। ਅਸੀਂ ਪਾਰਟੀ, ਮੈਂ ਕਾਂਗਰਸ ਜੀ ਕਾਂਗਰਸ ਦਾ ਸੱਚਾ ਸਿਪਾਹੀ ਹਾਂ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਸਾਡੇ ਸੁਖਵਿੰਦਰ ਸਿੰਘ ਸਰਪੰਚ ਚੰਦਰਭਾਨ ਤੋਂ ਜਿਹੜਾ ਸੀਗਾ ਆਪਣੇ, ਉਹਨਾਂ ਦੀ ਨਾ ਕੋਈ ਮਿਸ ਅੰਡਰਸਟੈਂਡਿੰਗ ਹੋਈ ਸੀਗੀ, ਜਿੱਦਣ ਪ੍ਰੋਗਰਾਮ ਸੀਗਾ ਉਹਨੂੰ ਮਤਲਬ ਦੱਸਿਆ ਨਹੀਂ ਗਿਆ, ਮਤਲਬ ਕੁਝ ਮਤਲਬ ਮਿਸ ਅੰਡਰਸਟੈਂਡਿੰਗ ਹੋਣ ਕਰਕੇ ਉਹਦੇ ਮਨ ਦੇ ਵਿੱਚ ਰੋਸ ਸੀਗਾ, ਉਹਦਾ ਜਿਹਾ ਰੋਸ ਆ ਸਾਰੇ ਸਾਡੇ ਸਰਪੰਚਾਂ ਨੇ ਜੋਨ ਚਾਰਜਾਂ ਨੇ ਬਹਿ ਕੇ ਕਢਵਾ ਦਿੱਤਾ ਆ। ਤੂੰ ਉਹ ਸਾਡੇ ਨਾਲ ਆ, ਪੂਰਾ ਤਨੋ ਮਨੋ ਮਿਹਨਤ ਕਰਕੇ ਪੂਰਾ ਆਪਣਾ ਬੂਝ ਦਾਗਾ, ਪੂਰੇ ਇਲਾਕੇ 'ਚ ਲੀਡ ਕਰਵਾਏਗਾ। ਨਿਊਜ਼ ਡੈਸਕ ਤੋਂ ਡਾਕਟਰ ਮੇਸ ਰੰਗਲ ਦੀ ਰਿਪੋਰਟ, ਲਿਵਿੰਗ ਪੰਜਾਬ ਨਿਊਜ਼, ਦੀਨਾਨਗਰ।